ਸਰਕਾਰ ਆਪ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਇਹ ਦੋ ਏਜੰਡੇ ਲੈ ਕੇ ਆਈ ਸੀ ਸਿਹਤ ਤੇ ਸਿੱਖਿਆ। ਸਾਲ ਹੋ ਗਿਆ, ਇੱਕ ਸਾਲ ਦੇ ਵਿੱਚ ਇਹਨਾਂ ਨੇ ਸਿੱਖਿਆ ਦਾ ਕੀ ਹਾਲ ਕੀਤਾ ਵਾ ਦੇਖ ਸਕਦੇ। ਕੋਈ ਵੀ ਚੀਜ਼ ਹੁੰਦੀ ਆ ਤਾਂ ਉਹ ਹਰ ਇੱਕ ਇੰਸਟਾਗ੍ਰਾਮ ਪੇਜ ਤੇ ਪਾਉਂਦੇ ਆਪਦੇ, ਪਰ ਉਹਨਾਂ ਨੇ ਕੀ ਕੀਤਾ ਕੱਲ ਜਦੋਂ ਉੱਥੇ ਆਏ ਆ ਤਾਂ ਰਾਤੋ ਰਾਤ ਇੱਕ ਰਾਤ ਪਹਿਲਾਂ ਪੂਰੇ ਪਟਿਆਲੇ ਦੇ ਵਿੱਚ ਬੈਨਰ ਪੋਸਟਰ ਲਾ ਕੇ ਸਾਰਾ ਪਟਿਆਲਾ ਭਰ ਦਿੱਤਾ। ਕੀ ਕਾਰਨ ਹੈ ਇਹ ਧਰਨਾ, ਕਿਉਂ ਲਗਾਇਆ ਗਿਆ ਅਤੇ ਭਗਵੰਤ ਮਾਨ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੀ ਕਾਲ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਕਾਲਜ ਨੇ, ਪੰਜਾਬੀ ਯੂਨੀਵਰਸਿਟੀ ਦੇ 13 ਕੌਨਸ਼ੀਅੰਟ ਕਾਲਜ ਨੇ ਤੇ ਉਹਦੇ ਨਾਲ ਐਫੀਲੇਟਡ ਜਿਹੜੇ ਸਾਰੇ ਕਾਲਜ ਨੇ, ਸਾਰੇ ਕਾਲਜਾਂ ਦੇ ਵਿੱਚ ਅੱਜ 6 ਅਪ੍ਰੈਲ ਨੂੰ ਅਸੀਂ ਹੜਤਾਲ ਕਰ ਰਹੇ ਹਾਂ। ਉਹ ਹੜਤਾਲ ਕਰਨ ਦਾ ਸਾਡਾ ਮਕਸਦ ਇਹ ਹੈ, ਉਹਦੇ ਵਿੱਚ ਸਾਡੀ ਇੱਕ ਹੀ ਮੰਗ ਆ ਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਸਾਰਾ ਵਿੱਤੀ ਘਾਟਾ ਜਿਹੜਾ ਉਹਦਾ 150 ਕਰੋੜ ਵਿੱਤੀ ਕਰਜ਼ੇ ਦੇ ਵਿੱਚ ਯੂਨੀਵਰਸਿਟੀ, ਉਹ ਮਾਫ਼ ਕੀਤਾ ਜਾਵੇ ਤੇ ਨਾਲ ਹੀ ਇਹਦੇ ਜੁੜ ਕੇ ਜਿਹੜੀ ਬਣਦੀ ਗ੍ਰਾਂਟ ਆ ਉਹਦੀ ਇੱਕ ਨੀਤੀ ਬਣਾਈ ਜਾਵੇ, ਜਿਹੜੀ ਹਰ ਸਾਲ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕੀਤੀ ਜਾਵੇ ਇਹਨਾਂ ਦੀ ਸਰਕਾਰ ਦੇ ਦੁਆਰਾ। ਕਿਉਂਕਿ ਜਿਹੜੀ ਅੱਜ ਮੌਜੂਦਾ ਪੰਜਾਬ ਸਰਕਾਰ ਆ, ਆਪ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਇਹ ਦੋ ਏਜੰਡੇ ਲੈ ਕੇ ਆਈ ਸੀ, ਸਿਹਤ ਤੇ ਸਿੱਖਿਆ। ਵੀ ਜਿਹੜੇ ਸਿਹਤ ਤੇ ਸਿੱਖਿਆ ਮੁੱਖ ਰਹਿਣਗੇ, ਇਹਨਾਂ ਤੇ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ। ਪਰ ਅੱਜ ਇੱਕ ਸਾਲ ਹੋ ਗਿਆ, ਇੱਕ ਸਾਲ ਦੇ ਵਿੱਚ ਇਹਨਾਂ ਨੇ ਸਿੱਖਿਆ ਦਾ ਕੀ ਹਾਲ ਕੀਤਾ ਵਾ ਦੇਖ ਸਕਦੇ ਆ। ਕੱਲ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਖੁਦ ਵੀ ਆਇਆ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਆਇਆ। ਪਰ ਉਹਨਾਂ ਨੇ ਤੁਸੀਂ ਦੇਖੋ ਉੱਥੇ ਕੀ ਕਰਨਾ, ਮਤਲਬ ਜਦੋਂ ਕੋਈ ਵੀ ਚੀਜ਼ ਹੁੰਦੀ ਆ ਤਾਂ ਉਹ ਹਰ ਇੱਕ ਇੰਸਟਾਗ੍ਰਾਮ ਪੇਜ ਤੇ ਪਾਉਂਦੇ ਆਪਦੇ, ਪਰ ਉਹਨਾਂ ਨੇ ਕੀ ਕੀਤਾ ਕੱਲ ਜਦੋਂ ਉੱਥੇ ਆਏ ਆ ਤਾਂ ਰਾਤੋ ਰਾਤ ਇੱਕ ਰਾਤ ਪਹਿਲਾਂ ਪੂਰੇ ਪਟਿਆਲੇ ਦੇ ਵਿੱਚ ਬੈਨਰ ਪੋਸਟਰ ਲਾ ਕੇ ਸਾਰਾ ਪਟਿਆਲਾ ਭਰਤਾ। ਉਸ ਬੈਨਰ ਪੋਸਟਰਾਂ ਦਾ ਜਿਹੜਾ ਉਹਨਾਂ ਨੇ 10 ਤੋਂ 12 ਹਜ਼ਾਰ ਗਿਣਤੀ ਦੇ ਵਿੱਚ ਲਾਇਆ ਤਾਂ ਜਿਹੜਾ ਉਹਦੇ ਤੇ ਖਰਚਾ ਆਇਆ ਲਗਭਗ 2 ਕਰੋੜ ਆਇਆ, ਉਹ ਫਾਲਤੂ ਖਰਚਾ ਕੀਤਾ ਜਾ ਰਿਹਾ। ਤੁਸੀਂ ਦੇਖੋ ਜਦੋਂ ਦੀ ਸੱਤਾ ਤੋਂ ਆਈ ਲਗਾਤਾਰ ਇਹਨਾਂ ਵੱਲੋਂ ਬੈਨਰਾਂ ਪੋਸਟਰਾਂ ਤੇ ਆਪਦੇ ਪ੍ਰਚਾਰਾਂ ਦੇ ਉੱਪਰ ਮਤਲਬ 500-600 ਕਰੋੜ ਤੋਂ ਉੱਪਰ ਖਰਚਾ ਕਰ ਦਿੱਤਾ ਗਿਆ। ਕੀ ਅਸੀਂ ਇਹ ਮੰਗ ਕਰਦੇ ਕਿ ਉਹ ਜਿਹੜਾ ਫਾਲਤੂ ਖਰਚਾ ਉਹ ਯੂਨੀਵਰਸਿਟੀਆਂ ਤੇ ਨਹੀਂ ਲਗਾ ਸਕਦੀ ਸਰਕਾਰ। ਇਹ ਲਗਾਤਾਰ ਅਜਿਹੀਆਂ ਮਤਲਬ ਹਰਕਤਾਂ ਕਰ ਰਹੇ ਆ ਜਿਹਦੇ ਲਈ ਸਾਨੂੰ ਮਜਬੂਰ ਹੋ ਕੇ ਬੋਲਣਾ ਪੈਂਦਾ ਇਹਨਾਂ ਦੇ ਖਿਲਾਫ਼। ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਆਇਆ ਸੀ, ਭਗਤ ਸਿੰਘ ਦਾ ਬਹੁਤ ਨਾਮ ਲੈਂਦਾ ਸੀਗਾ ਕਿ ਭਗਤ ਸਿੰਘ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣਾ, ਮਤਲਬ ਉਹਨਾਂ ਦੇ ਬਸੰਤੀ ਪੱਗ ਬੰਨਣੀ ਸਿਰ ਤੇ। ਪਰ ਸਾਡਾ ਇਹ ਮੰਨਣਾ ਕਿ ਸਿਰ ਤੇ ਬਸੰਤੀ ਪੱਗ ਬੰਨਣ ਨਾਲ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਭਗਤ ਸਿੰਘ ਬਣਨ ਲਈ ਜਿਹੜਾ ਪੱਗ ਜਿੰਦਾ ਤੁਹਾਡਾ ਸਿਰ ਹੈ ਨਾ, ਉਹ ਵੀ ਭਗਤ ਸਿੰਘ ਵਾਲਾ ਹੋਣਾ ਚਾਹੀਦਾ, ਫਿਰ ਹੀ ਇਹ ਮੰਗਾ ਮਤਲਬ ਫਿਰ ਹੀ ਤੁਸੀਂ ਲੋਕਾਂ ਲਈ ਸੋਚ ਸਕਦੇ ਹੋ। ਅੱਜ ਉਹੀ ਜਿਹੜੀ ਸਰਕਾਰ ਪਹਿਲਾਂ ਦੂਜੀਆਂ ਸਰਕਾਰਾਂ ਦੇ ਖਿਲਾਫ਼, ਦੂਜੀਆਂ ਪਾਰਟੀਆਂ ਦੇ ਖਿਲਾਫ਼ ਬੋਲਦੀ ਸੀ, ਅੱਜ ਉਹੀ ਆਪ ਉਹਨਾਂ ਦੀਆਂ ਲੀਹਾਂ ਤੇ ਚੱਲੀ ਹੋਈ ਆ ਤੇ ਉਹ ਸਾਡੇ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਬੰਦ ਕਰਨ ਵੱਲ ਜਾ ਰਹੀ ਆ। ਸੋ ਅੱਜ ਅਸੀਂ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ ਵੱਲੋਂ, ਇਹਦੇ ਵਿੱਚ ਜਿਹੜਾ ਇਹ ਕੌਨਸਟੈਂਟ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਦਾ, ਤਾਂ ਅੱਜ ਅਸੀਂ ਡੀਸੀ ਦਫ਼ਤਰ ਆਪਣਾ ਮੰਗ ਪੱਤਰ ਦੇ ਕੇ ਆਪਣੀ ਜਿਹੜੀ ਮੰਗ ਆ ਸਰਕਾਰ ਤੱਕ ਪਹੁੰਚਾਵਾਂਗੇ। ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਡੀ 6 ਅਪ੍ਰੈਲ ਦੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 6 ਅਪ੍ਰੈਲ ਦੀ ਇੱਕ ਰੋਜ਼ਾ ਹੜਤਾਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਾਰੇ ਸਰਕਾਰੀ ਕਾਲਜਾਂ ਨੂੰ ਅੱਜ ਬੰਦ ਕੀਤਾ ਗਿਆ, ਜੋ ਅੱਜ ਮਾਤਾ ਸੁੰਦਰੀ ਕਾਲਜ, ਨਹਿਰੂ ਕਾਲਜ ਮਾਨਸਾ, ਅੱਜ ਅਸੀਂ ਸਰਕਾਰੀ ਕਾਲਜਾਂ ਨੂੰ ਬੰਦ ਕਰਕੇ ਸਰਕਾਰ ਦੇ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਵੀ ਅਸੀਂ ਬਹੁਤ ਹੈਰਾਨ ਆ ਵੀ ਜਿਹੜੀ ਵਿੱਦਿਆ ਉਹ ਕਰਜ਼ੇ ਦੇ ਵਿੱਚ ਹੈ, ਪਰ ਸਰਕਾਰ ਨੂੰ ਹੁਣ ਸ਼ਰਮ ਹੋਣੀ ਚਾਹੀਦੀ ਹੈ। ਸਰਕਾਰ ਨੂੰ ਸੱਤਾ ਦੇ ਵਿੱਚ ਆਏ ਨੂੰ ਸਾਲ ਹੋ ਗਿਆ, ਯੂਨੀਵਰਸਿਟੀ ਦੇ ਕਰਜ਼ੇ ਬਾਰੇ ਉਹਨਾਂ ਨੇ ਗੱਲ ਤੱਕ ਵੀ ਨਹੀਂ ਕੀਤੀ ਔਰ ਜੋ ਯੂਨੀਵਰਸਿਟੀ ਦੀ ਬਣਦੀ ਗ੍ਰਾਂਟ ਸੀ ਉਹ 200 ਕਰੋੜ ਤੋਂ ਘਟਾ ਕੇ ਉਹਨਾਂ ਨੇ 164 ਕਰੋੜ ਕਰ ਦਿੱਤੀ ਗਈ ਹੈ, ਜੋ ਬਹੁਤ ਸ਼ਰਮਨਾਕ ਗੱਲ ਹੈ। ਇਸ ਕਰਕੇ ਅਸੀਂ ਅੱਜ ਵਿਦਿਆਰਥੀਆਂ ਪੰਜਾਬੀ ਯੂਨੀਵਰਸਿਟੀ ਜੋ ਗੇਟ ਹੈ ਉਹ ਪੂਰੀ ਤਰ੍ਹਾਂ ਨਾਲ ਬੰਦ ਹੈ। 25 ਦਿਨ ਤੋਂ ਲਗਾਤਾਰ ਉੱਥੇ ਅਸੀਂ ਧਰਨਾ ਚੱਲ ਰਿਹਾ ਪੰਜਾਬੀ ਯੂਨੀਵਰਸਿਟੀ ਵਿੱਚ ਤੇ ਉਸ ਦੇ ਤਹਿਤ ਅੱਜ ਸੱਦਾ ਸੀਗਾ ਸਾਡਾ 6 ਅਪ੍ਰੈਲ ਦਾ। ਸਾਰੇ
जो यूनिवर्सिटी संबंधित कॉलेज उन्होंने बंद कर उस तहत अभी माता सुंदरी कॉलेज से नहरू कॉलेज मानसा दोनों अज बंद किया गया पूरे दोनों मुकम्मल तौर पर बंद ने कोई भी सुबह 9 बजे तो लैके हूं तक अभी कोई भी क्लास नहीं लगन दिती सारे विद्यार्थी इकट्ठा करके असी रोड भी जाम किया उस तो बाद असी डीसी दफ्तर तक आए असी इतने मंग पत्र लेके अपनी गल सरकार तक पहुंचावांगे ਕਰਜ਼ਾ ਮਾਫ਼ ਕਰਨਾ ਪਲੀਜ਼ ਸਾਡਾ ਕਰਜ਼ਾ ਮਾਫ਼ ਕਰਵਾ ਮਾਨਸਾ ਦੇ ਵਿੱਚ ਡੀਸੀ ਆਫਿਸ ਤੇ ਅੱਗੇ ਧਰਨਾ ਦੇ ਰਹੇ ਹਾਂ ਪਲੀਜ਼ ਸਾਡਾ ਇਸ ਤਰ੍ਹਾਂ ਸਹਿਯੋਗ ਕਰੋ ਤੇ ਨਾਲੇ ਮਤਲਬ ਕਿ ਸਾਡਾ ਜਿਹੜਾ ਕਰਜ਼ਾ ਮਾਫ਼ ਕਰੋ।